ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀ, ਆਪ ਜੀ ਜਾਣਦੇ ਹੋ ਕਿ ਸਮੇਂ ਸਮੇਂ ਦੇ ਉੱਪਰ ਸਤਿਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਕਿਰਪਾ ਦੇ ਸਦਕਾ ਗੁਰਬਾਣੀ ਇਤਿਹਾਸ ਦੇ ਨਾਲ, ਕਥਾ ਵਿਚਾਰਾਂ ਦੇ ਨਾਲ, ਆਪ ਸੰਗਤਾਂ ਦੇ ਨਾਲ ਆਪਾਂ ਸਾਂਝ ਕਰੀਦੀ ਹੈ। ਅਤੇ ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਕਿ ਭਾਈ ਗੁਰੂ ਕਾ ਸਿੱਖ ਹਰ ਪੱਖ ਤੋਂ ਸੁਚੇਤ, ਸਾਵਧਾਨ ਅਤੇ ਗਿਆਨਵਾਨ ਹੋਵੇ। ਇਸੇ ਕਰਕੇ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਰਹਿਮਤ ਕਰਦਿਆਂ ਹੋਇਆਂ ਗੁਰੂ ਕੇ ਸਿੱਖਾਂ ਨੂੰ ਆਪਣੀ ਗੁਰਮਤ ਦੀ ਵਿੱਦਿਆ ਦੇ ਨਾਲ ਨਾਲ ਦੂਸਰੇ ਧਰਮਾਂ ਦੇ ਧਾਰਮਿਕ ਗ੍ਰੰਥ ਅਤੇ ਉਹਨਾਂ ਦੀਆਂ ਮਾਨਤਾਵਾਂ ਨੂੰ ਪੜ੍ਹਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਭੇਜਿਆ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਆਪਾਂ ਨਿਰਮਲੇ ਸਿੰਘ ਜਿਨ੍ਹਾਂ ਨੂੰ ਕਰਕੇ ਜਾਣਦੇ ਹਾਂ, ਉਹ ਸਤਿਗੁਰੂ ਮਹਾਰਾਜ ਜੀ ਨੇ ਕਾਸ਼ੀ ਬਨਾਰਸ ਵਿਖੇ ਵੇਦਾਂ ਦੀ ਕਿਤਾਬਾਂ ਦੀ ਜਾਣਕਾਰੀ ਲੈਣ ਵਾਸਤੇ, ਪੜ੍ਹਨ ਵਾਸਤੇ ਉਹਨਾਂ ਗੁਰਮੁਖਾਂ ਨੂੰ ਭੇਜਿਆ। ਸੋ ਅੱਜ ਦੇ ਇਸ ਖਾਸ ਦਿਹਾੜੇ ਦੇ ਉੱਪਰ ਆਪ ਜੀ ਦੇ ਰੂਬਰੂ ਹੋਣ ਦਾ ਕਾਰਨ ਇਹ ਹੈ ਕਿ ਅੱਜ 21 ਜੁਲਾਈ ਸਾਰਾ ਸੰਸਾਰ ਇਸਲਾਮ ਮਤ ਦੇ ਅਨੁਸਾਰ ਮਨਾਈ ਜਾਣ ਵਾਲੀ ਈਦ ਦੀਆਂ ਵਧਾਈਆਂ ਦੇ ਰਿਹਾ, ਅਤੇ ਮੁਸਲਮਾਨ ਮਤ ਨਾਲ ਸੰਬੰਧਿਤ ਲੋਕ ਇਸ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ। ਸੋ ਜਿੱਥੇ ਅਸੀਂ ਆਪਣੇ ਗੁਰਪੁਰਬ ਇਤਿਹਾਸਿਕ ਦਿਹਾੜੇ ਮਨਾਉਂਦੇ ਹਾਂ, ਉਹਨਾਂ ਦੀ ਜਾਣਕਾਰੀ ਰੱਖਦੇ ਹਾਂ। ਸੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਗੁਰਸਿੱਖ ਨੂੰ ਸੁਚੇਤ, ਸਾਵਧਾਨ ਅਤੇ ਗਿਆਨਵਾਨ ਹੋਣਾ ਬੜਾ ਜ਼ਰੂਰੀ ਹੈ। ਕੋਈ ਵੀ ਧਰਮ ਸੰਸਾਰ ਦੇ ਉੱਪਰ ਨਫ਼ਰਤ ਪੈਦਾ ਨਹੀਂ ਕਰਦਾ। ਕੋਈ ਵੀ ਧਾਰਮਿਕ ਗ੍ਰੰਥ ਤੁਹਾਨੂੰ ਕੱਟੜਵਾਦੀ ਹੋਣ ਲਈ ਮਜਬੂਰ ਨਹੀਂ ਕਰਦਾ। ਉਹ ਤੁਹਾਨੂੰ ਧਰਮ ਦੇ ਰਸਤੇ 'ਤੇ ਚੱਲ ਕੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਉਸ ਵਾਹਿਗੁਰੂ, ਉਸ ਨਿਰੰਕਾਰ, ਉਸ ਭਗਵਾਨ, ਉਸ ਅੱਲਾ ਦੇ ਨਾਲ ਜੋੜਨ ਦੀ ਗੱਲ ਕਰਦਾ ਹੈ। ਅਤੇ ਗੁਰਮੁਖੋ, ਅੱਜ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ ਜਾਂ ਬਕਰੀਦ ਕਹਿ ਕੇ ਵੀ ਆਪਾਂ ਜਾਣਦੇ ਹਾਂ, ਇਸਲਾਮ ਮਤ ਦੇ ਵਿੱਚ 2 ਈਦਾਂ ਮਨਾਈਆਂ ਜਾਂਦੀਆਂ ਨੇ, ਈਦ ਉਲ ਫਿਤਰ ਅਤੇ ਈਦ ਉਲ ਜੁਹਾ। ਛੋਟੀ ਈਦ ਅਤੇ ਵੱਡੀ ਈਦ ਜਿਹਨੂੰ ਕਹਿ ਦਿੱਤਾ ਜਾਂਦਾ ਹੈ, ਅਤੇ ਇਸ ਈਦ ਨੂੰ ਕੁਰਬਾਨੀ ਦੀ ਈਦ ਵੀ ਕਹਿ ਦਿੱਤਾ ਜਾਂਦਾ ਹੈ। ਈਦ ਉਲ ਜੁਹਾ, ਕੁਰਬਾਨੀ ਦੀ ਈਦ ਕਰਕੇ ਵੀ ਅੱਜ ਦੇ ਦਿਹਾੜੇ ਨੂੰ ਲੋਕ ਯਾਦ ਕਰਦੇ ਨੇ। ਅਤੇ ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜਦੋਂ ਹਜ਼ਰਤ ਇਬਰਾਹਿਮ ਨੂੰ ਉਸ ਵਾਹਿਗੁਰੂ ਨੇ, ਉਸ ਅੱਲਾ ਨੇ ਆਪਣੇ ਨੇੜੇ ਹੋਣ ਵਾਸਤੇ, ਆਪਣੇ ਨਾਲ ਜੋੜਨ ਵਾਸਤੇ ਭਵਿੱਖਬਾਣੀ ਕੀਤੀ ਅਤੇ ਉਸ ਦੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਮੰਗੀ, ਇਸਲਾਮ ਮਤ ਦੇ ਗ੍ਰੰਥੇ ਗੱਲ ਕਹਿੰਦੇ ਨੇ। ਅਤੇ ਇਸ ਪ੍ਰਕਾਰ ਹਜ਼ਰਤ ਇਬਰਾਹਿਮ ਨੇ ਹਜ਼ਰਤ ਇਜ਼ਰਾਈਲ ਜਿਹੜਾ ਉਹਦਾ ਪੁੱਤਰ ਸੀਗਾ, ਆਪਣੇ ਪੁੱਤਰ ਦੀ ਕੁਰਬਾਨੀ ਅੱਲਾ ਦੇ ਨੇੜੇ ਹੋਣ ਵਾਸਤੇ, ਉਹਦੇ ਨਾਲ ਜੁੜਨ ਵਾਸਤੇ ਦੇਣੀ ਚਾਹੀ, ਪਰ ਅੱਲਾ ਨੇ ਇੱਕ ਕੌਤਕ ਵਰਤਾ ਦਿੱਤਾ ਕਿ ਉਹਦੇ ਪੁੱਤਰ ਦੀ ਜਗ੍ਹਾ ਦੇ ਉੱਪਰ ਉੱਥੇ ਦੁੰਬਾ, ਇੱਕ ਬੱਕਰਾ ਬਣ ਗਿਆ ਅਤੇ ਉਹਦੇ ਪੁੱਤਰ ਨੂੰ ਜੀਵਨ ਦਾ ਦਾਨ ਦੇ ਦਿੱਤਾ। ਇਹ ਇਤਿਹਾਸ ਗਵਾਹੀ ਭਰਦਾ ਹੈ। ਅਤੇ ਉਸ ਦਿਨ ਤੋਂ ਲੈ ਕਰਕੇ ਇਸਲਾਮ ਮਤ ਦੇ ਵਿੱਚ ਕੁਰਬਾਨੀ ਦੀ ਈਦ ਮਨਾਈ ਜਾਣ ਲੱਗੀ, ਭਾਵ ਉਸ ਅੱਲਾਹ ਦੇ ਨੇੜੇ ਹੋਣ ਵਾਸਤੇ। ਅਤੇ ਈਦ ਉਲ ਜੁਹਾ ਜਿਹੜੀ ਹੈ ਗੁਰਮੁਖੋ, ਜਿਹੜਾ ਮੁਸਲਮਾਨ ਧਰਮ ਦੇ ਅੰਦਰ ਰਮਜ਼ਾਨ ਦਾ ਮਹੀਨਾ ਮੰਨਿਆ ਜਾਂਦਾ ਹੈ, ਜਦੋਂ ਰੋਜ਼ੇ ਰੱਖੇ ਜਾਂਦੇ ਨੇ, ਦਿਨ ਵੇਲੇ ਭੁੱਖਿਆਂ ਰਿਹਾ ਜਾਂਦਾ ਹੈ, ਇੱਕੋ ਵੇਲੇ ਪ੍ਰਸ਼ਾਦਾ ਛਕਿਆ ਜਾਂਦਾ ਹੈ, ਰਮਜ਼ਾਨ ਦੇ ਮਹੀਨੇ ਤੋਂ ਤਕਰੀਬਨ 70 ਦਿਨ ਬਾਅਦ ਜਿਹੜੀ ਹੈ ਈਦ ਉਲ ਜੁਹਾ, ਬਕਰੀਦ ਜਿਹਨੂੰ ਵੱਡੀ ਈਦ ਕਹਿ ਦਿੰਦੇ ਨੇ, ਇਹ ਮਨਾਈ ਜਾਂਦੀ ਹੈ। ਅਤੇ ਵਿਚਾਰਨਯੋਗ ਗੱਲ ਇਹ ਹੈ ਕਿ ਇਸਲਾਮ ਮਤ ਦੇ ਗ੍ਰੰਥਾਂ ਦੁਆਰਾ ਜਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਕਿਤੇ ਵੀ ਕੁਰਾਨ ਸ਼ਰੀਫ ਇਹ ਗੱਲ ਨਹੀਂ ਕਹਿੰਦਾ ਕਿ ਕਿਸੇ ਜਾਨਵਰ ਦੀ ਬਲੀ ਦਿੱਤੀ ਜਾਵੇ ਜਾਂ ਕਿਸੇ ਜਾਨਵਰ ਦਾ ਖੂਨ ਵਹਾ ਕਰਕੇ ਅੱਲਾ ਨੂੰ ਖੁਸ਼ ਕੀਤਾ ਜਾਵੇ। ਕੁਰਬਾਨੀ ਦੀ ਗੱਲ ਜ਼ਰੂਰ ਹੈ, ਅਤੇ ਜਦੋਂ ਕੁਰਬਾਨੀ ਦੇ ਅਰਥ ਕੱਢਦੇ ਹਾਂ ਅਰਬ ਮੁਲਕਾਂ ਦੇ ਵਿੱਚ, ਖਾਸ ਤੌਰ ਦੇ ਉੱਪਰ ਜਿਨ੍ਹਾਂ ਵਿੱਚ ਇਸਲਾਮ ਮਤ ਦੀ ਬਹੁਤਾਤ ਗਿਣਤੀ ਜਾਂ ਆਪਣੇ ਇਸਲਾਮ ਮਤ ਦੇ ਪ੍ਰਚਾਰ ਵਾਸਤੇ ਉਹ ਲੋਕ ਤਤਪਰ ਰਹਿੰਦੇ ਨੇ, ਉੱਥੇ ਵੀ ਜੇਕਰ ਆਪਾਂ ਉਹਨਾਂ ਦਾ ਇਤਿਹਾਸ ਜਾਂ ਉਹਨਾਂ ਦੇ ਧਾਰਮਿਕ ਗ੍ਰੰਥ ਪੜ੍ਹੀਏ ਤਾਂ ਅਰਬੀ ਦੇ ਵਿੱਚ ਵੀ ਜ਼ਿਬਾ ਕਰਨਾ
बकर तो भाव है वह जानवर वो वड्डा जानवर जिन्हों ज़िबह किया जा सके ते कुरबान कुरबानी करनी कबर तो भाव लागे हो जाना नेड़े हो जाना कबर शब्द तो कुरबानी शब्द बनेगा कि उस अल्लाह दे नेड़े हो जाना ते जदों इन्हां दोनों शब्दों नू जोड़िया जाता है कि कुरबानी की ईद भाव कुरबानी दे करके परमात्मा दे अल्लाह दे नाल जुड़ जाना ते हुण जदों इन्हां शब्दों के अर्थां नू समझांगे अज दे समाज दे विच हर एक धर्म दीआं रीतां ने जिहड़ा उह वखरा रूप धार लिया उस वाहिगुरु दे पीर पैगंबरां ने भगवान ने अल्लाह ने इंसान नू उस वाहिगुरु निरंकार की जोत नाल जोड़न वास्ते प्रेरिया पर वक्खो वक्खरे धार्मिक लोकां ने अपनी मत दे अनुसार धर्म दीआं रीतां दे विच फेर बदल करके उन्हां दा सरूप बदल दिता। सो अज दे इस दिहाड़े दे उपर विचार करन दा अपना मेन कारण यही है कि कई वार सानू लगदा है कि सिख मत दे अंदर बहुत कुरीतियां आ गईआं साडीआं धार्मिक रीतां बहुत बदल गईआं जां गुरु साहब दे सिधांत तो थिड़क करके मनमत ने बहुता पहरा कर लिया। सो गुरसिखो यह कारण केवल सिख मत दे विच ही नहीं सिख पंथ तो पहला प्रचलित हुए पुरातन धर्मां दे विच वी ये कुरीतियां बहुत वड्डे पद्धर ते आईआं होईआं ने। सो जिवें अज दी आपां गल कर रहे हां कि बकरे नूं कुरबान कर देना यह कितें भी धार्मिक ग्रंथां विच नहीं लिखिया। हाँ ਵਾਹਿਗੁਰੂ ਅੱਲਾ ਭਗਵਾਨ ਦੇ ਲਾਗੇ ਹੋਣ ਵਾਸਤੇ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਦੇਣੀ ਇਹਦਾ ਜ਼ਿਕਰ ਜ਼ਰੂਰ ਮਿਲਦਾ ਹੈ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਵੇਂ ਆਰਤੀ ਦਾ ਸ਼ਬਦ ਉਚਾਰਨ ਕਰਕੇ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਇਹ ਸਮਝਾਇਆ ਸੀ ਕਿ ਭਾਈ ਕਿਸ ਦੀ ਆਰਤੀ ਕਰ ਰਹੇ ਹੋ ਉਹਦੀ ਆਰਤੀ ਤੇ ਅੱਠੇ ਪੈਰ ਉਹਦੇ ਹੁਕਮ ਦੇ ਵਿੱਚ ਹੋ ਰਹੀ ਹੈ। ਗਗਨ ਮੈਂ ਥਾਲ ਨਵ ਚੰਦ ਰੀਪਕ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਦੀ ਧੂਪ ਮਲਿਆਲ ਲੋ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਕਿ ਥਾਲੀਆਂ 'ਚ ਦੀਵੇ ਰੱਖ ਕੇ ਘੁਮਾਉਣ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਜਾ ਸਕਦਾ। ਇਸੇ ਪ੍ਰਕਾਰ ਕੋਈ ਵੀ ਜਿਹੜਾ ਪਿਆਰ ਕਰਨ ਵਾਲਾ ਪਿਆਰਾ ਹੈ ਭਗਵਾਨ ਦਾ ਅੱਲਾ ਦਾ ਰੱਬ ਦਾ ਨਿਰੰਕਾਰ ਦਾ ਉਹ ਸੱਚਾ ਪਾਤਸ਼ਾਹ ਇੱਕ ਸਮਾਂ ਆਉਂਦਾ ਹੈ ਕਿ ਆਪਣੇ ਪਿਆਰੇ ਦੀ ਪਰਖ ਜ਼ਰੂਰ ਕਰਦਾ ਹੈ ਕਿ ਤੂੰ ਕਿੰਨਾ ਕੁ ਪਿਆਰ ਕਰਦਾ ਹੈ ਜਾਂ ਮੇਰੇ ਹੁਕਮ ਦੇ ਵਿੱਚ ਕਿੰਨਾ ਕੁ ਹੈ ਤੇ ਉਸ ਪਰਖ ਤੋਂ ਪਾਰ ਹੋਣ ਵਾਲਿਆਂ ਨੂੰ ਹੀ ਸੱਚਖੰਡ ਮਿਲਦਾ ਹੈ ਉਹਨਾਂ ਨੂੰ ਹੀ ਜੰਨਤ ਮਿਲਦੀ ਹੈ ਉਹਨਾਂ ਨੂੰ ਹੀ ਜਿਹੜਾ ਹੈ ਉਹ ਸਵਰਗਾਂ ਦੇ ਵਿੱਚ ਜਗ੍ਹਾ ਮਿਲਦੀ ਹੈ ਵੱਖੋ ਵੱਖਰੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ। ਤੇ ਜਦੋਂ ਆਪਾਂ ਅੱਜ ਦੇ ਇਸ ਦਿਹਾੜੇ ਦੀ ਗੱਲ ਕਰਦੇ ਹਾਂ ਤੇ ਪਤਾ ਲੱਗਦਾ ਹੈ ਕਿ ਅੱਲਾ ਨੇ ਕਿਹਾ ਕਿ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਦੇ ਤਾਂ ਤੂੰ ਅੱਲਾ ਦੇ ਨੇੜੇ ਹੋ ਸਕਦਾ ਹੈ। ਤੇ ਅੱਜ ਦਾ ਮਨੁੱਖ ਜਦੋਂ ਆਪਣੇ ਅੰਦਰ ਝਾਤੀ ਮਾਰਦਾ ਹੈ ਤੇ ਸੰਗਤ ਜੀ ਸਭ ਤੋਂ ਵੱਧ ਪਿਆਰੀ ਚੀਜ਼ ਹੈ ਸਾਨੂੰ ਦੌਲਤ ਸਾਨੂੰ ਮਾਇਆ ਪੈਸਾ ਮਨੀ ਉਸ ਤੋਂ ਬਾਅਦ ਪ੍ਰਾਪਰਟੀਆਂ ਘਰਬਾਰ ਸਾਡੇ ਬੱਚੇ ਤੇ ਸਾਡਾ ਆਪਣਾ ਜੋੜਿਆ ਹੋਇਆ ਧਨ ਤੇ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਇਸ ਤੋਂ ਇਲਾਵਾ ਸਾਡੀ ਹੋਰ ਕੋਈ ਪਿਆਰੀ ਚੀਜ਼ ਨਹੀਂ। ਮਨੁੱਖ ਦਾ ਮਨੁੱਖ ਦੇ ਨਾਲ ਰਿਸ਼ਤਾ ਟੁੱਟਾ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤੀ ਕਿ ਇਹਨਾਂ ਪੰਜਾਂ ਵਿਕਾਰਾਂ 'ਚੋਂ ਕੋਈ ਨਾ ਕੋਈ ਜ਼ਰੂਰ ਸਾਡੇ 'ਤੇ ਹਾਵੀ ਰਹਿੰਦਾ ਹੈ ਭਾਵੇਂ ਕਾਮ ਵਾਸਨਾ ਦੇ ਵਿੱਚ ਅੰਨੇ ਹੋ ਕਰਕੇ ਪਰਾਈ ਇਸਤਰੀ ਦੇ ਸੰਭੋਗ ਦੀ ਇੱਛਾ ਹੋਵੇ ਕਿਸੇ ਦੇ ਪਰਾਏ ਰੂਪ ਨੂੰ ਤੱਕਣ ਜਾਂ ਮਾਨਣ ਦੀ ਇੱਛਾ ਹੋਵੇ ਉਹ ਵੀ ਇੱਕ ਸਾਡੀ ਪ੍ਰਬਲ ਇੱਛਾ ਹੋ ਸਕਦੀ। ਕ੍ਰੋਧ ਦੇ ਵਿੱਚ ਗੁੱਸੇ ਦੇ ਵਿੱਚ ਸਭ ਨੂੰ ਮਾਰ ਕੇ ਸਭ ਦਾ ਸਾਰਾ ਕੁਝ ਆਪਣੇ ਵੱਸ ਕਰ ਲੈਣਾ ਜਾਂ ਭਾਵ ਮੇਰਾ ਹੀ ਰਾਜ ਹੋ ਜਾਵੇ ਬਾਕੀ ਸਾਰੇ ਖਤਮ ਹੋ ਜਾਣ ਇਹ ਵੀ ਭਾਵਨਾ ਹੋ ਸਕਦੀ। ਲੋਭ ਲਾਲਚ ਹੰਕਾਰ ਆਦਿਕ ਇਹ ਸਾਰੇ ਦੇ ਸਾਰੇ ਜਿਹੜੇ ਪੰਜੇ ਵਿਕਾਰ ਨੇ ਕਿਸੇ ਨਾ ਕਿਸੇ ਤਰੀਕੇ ਦੇ ਅਨੁਸਾਰ ਮਨੁੱਖ 'ਤੇ ਹਾਵੀ ਰਹਿੰਦੇ ਨੇ ਅਤੇ ਅੱਜ ਦੇ ਇਸ ਦਿਹਾੜੇ 'ਤੇ ਦਾਸ ਮਹਿਸੂਸ ਕਰਦਾ ਹੈ ਕਿ ਕਿਸੇ ਬੇਜ਼ੁਬਾਨ ਜਾਨਵਰ ਦੀ ਕੁਰਬਾਨੀ ਨਹੀਂ ਅੱਲਾ ਦੇ ਨੇੜੇ ਹੋਣ ਦੇ ਵਾਸਤੇ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਜਦੋਂ ਇਹ ਦਿਨ ਆਉਂਦਾ ਹੈ ਤੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕੁਰਬਾਨੀ ਦੇ ਆਪਣਾ ਲਾਲਚ ਤਿਆਗ ਦੇ ਆਪਣਾ ਗਰੀਡ ਛੱਡ ਦੇ ਲੋਕਾਂ ਦੇ ਨਾਲ ਅੱਲਾ ਦੇ ਨਾਂ ਦੇ ਉੱਪਰ ਫਰੇਬ ਕਰਨਾ ਛੱਡ ਦੇ ਤੇ ਅੱਲਾ ਦੇ ਰਾਹ ਦੇ ਉੱਪਰ ਚੱਲਦਿਆਂ ਹੋਇਆਂ ਅੰਦਰੋਂ ਤੇ ਬਾਹਰੋਂ ਆਪਣੇ ਆਪ ਨੂੰ ਨਿਰਮਲ ਕਰਕੇ ਉਹਦੇ ਹੁਕਮ ਦੇ ਵਿੱਚ ਉਹਦੇ ਭਾਣੇ ਦੇ ਵਿੱਚ ਆ ਜਾ। ਇਹ ਨਹੀਂ ਕਿ ਕਿਸੇ ਬੇਜ਼ੁਬਾਨ ਜਾਨਵਰ ਨੂੰ ਖਰੀਦ ਕਰਕੇ ਤੇ ਉਹਨੂੰ ਕੁਰਬਾਨ ਕਰਕੇ ਤੂੰ ਅੱਲਾ ਦੇ ਲਾਗੇ ਹੋ ਜਾਵੇਂਗਾ, ਪਰ ਜੇ ਤੇਰਾ ਜੀਵਨ ਨਹੀਂ ਬਦਲਿਆ, ਜੀਵਨ ਦੇ ਤੇਰੇ ਕਾਰੋਬਾਰ ਦੇ ਤਰੀਕੇ ਨਹੀਂ ਬਦਲੇ ਤੇ ਉਸ ਅੱਲਾ ਦੇ ਰਾਹ ਦੇ ਉੱਪਰ ਚੱਲਦਿਆਂ ਆਪਣੇ ਜੀਵਨ ਨੂੰ ਤਬਦੀਲ ਨਹੀਂ ਕੀਤਾ ਤੇ ਫਿਰ ਇਹ ਵੀ ਇੱਕ ਪਾਖੰਡ ਹੋਵੇਗਾ,
ਇਹ ਕੁਰਬਾਨੀ ਨਹੀਂ ਹੋਵੇਗੀ। ਕੁਰਬਾਨ ਹੋ ਜਾਣਾ ਆਪਣਾ ਆਪ ਕਿਸੇ ਤੋਂ ਵਾਰ ਦੇਣਾ, ਉਹਦੇ ਹੁਕਮ ਦੇ ਵਿੱਚ ਆ ਜਾਣਾ, ਉਹਦੇ ਭਾਣੇ ਦੇ ਵਿੱਚ ਆ ਜਾਣੇ ਨੂੰ ਕਿਹਾ ਜਾਂਦਾ ਹੈ। ਸੋ ਅੱਜ ਵੀ ਜੋ ਇਸ ਈਦ ਦੇ ਦਿਹਾੜੇ ਦੇ ਉੱਪਰ ਮੁਸਲਮਾਨ ਮਤ ਦੇ ਲੋਕ, ਮੇਰੇ ਭਰਾ, ਸਾਡੀਆਂ ਭੈਣਾਂ ਇਸ ਦਿਹਾੜੇ ਨੂੰ ਮਨਾ ਰਹੇ ਨੇ, ਜ਼ਰੂਰ ਵਿਚਾਰੀਏ ਕਿ ਵਾਕਿਆ ਹੀ ਉਸ ਅੱਲਾ ਨੇ ਕਿਸੇ ਬੇਜ਼ੁਬਾਨ ਦੀ ਬਲੀ ਲੈ ਕਰਕੇ ਸਾਡੇ ਲਾਗੇ ਹੋ ਜਾਣਾ ਹੈ, ਜਾਂ ਅੱਲਾ ਦੇ ਦਿੱਤੇ ਹੋਏ ਕਲਾਮ ਦੇ ਉੱਪਰ ਚੱਲਦਿਆਂ ਜੀਵਨ ਦੇ ਵਿੱਚ ਆਈ ਹੋਈ ਤਬਦੀਲੀ ਦੇ ਨਾਲ ਅਸੀਂ ਅੱਲਾ ਦੇ ਲਾਗੇ ਹੋ ਜਾਵਾਂਗੇ। ਸੋ ਅੱਜ ਦੇ ਇਸ ਮੁਬਾਰਕ ਦਿਹਾੜੇ ਦੇ ਉੱਪਰ ਮੇਰੇ ਮੁਸਲਮਾਨ ਵੀਰ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕ ਮੈਂ ਪੇਸ਼ ਕਰਦਾ, ਤੇ ਯਤਨ ਕੀਤਾ ਹੈ ਕਿ ਜ਼ਰੂਰ ਇਸ ਦੇ ਅਰਥਾਂ ਨੂੰ ਵੀ ਸਮਝਣ ਦੀ ਗੱਲ ਕਰੀਏ, ਕਿਉਂਕਿ ਜਿਸ ਨੇ ਜੋਤ ਪੈਦਾ ਕੀਤੀ, ਜਿਹਦੇ ਹੁਕਮ ਦੇ ਵਿੱਚ ਸੰਸਾਰ ਦੇ ਵਿੱਚ ਸਾਰੇ ਜੀਵ ਜੰਤੂ, ਇਨਸਾਨ, ਪਸ਼ੂ ਪਕਸ਼ੀ ਇਸ ਧਰਤੀ ਤੇ ਆਏ ਨੇ, ਤੇ ਉਹਦੇ ਹੁਕਮ ਤੋਂ ਬਗੈਰ ਇਸ ਧਰਤੀ ਤੋਂ ਕੋਈ ਜਾ ਨਹੀਂ ਸਕਦਾ। ਜਦੋਂ ਉਹਦਾ ਸੱਦਾ ਆ ਜਾਣਾ ਹੈ ਤੇ ਸਵਾਸ ਪੂਰੇ ਹੋ ਕਰਕੇ ਇਸ ਸੰਸਾਰ ਨੂੰ ਛੱਡਣਾ ਪੈਣਾ ਹੈ, ਭਾਵੇਂ ਇਨਸਾਨ ਹੈ, ਭਾਵੇਂ ਜਾਨਵਰ ਹੈ, ਭਾਵੇਂ ਪਕਸ਼ੀ ਨੇ, ਭਾਵੇਂ ਜਲ ਦੇ ਜੀਵ ਨੇ, ਕੋਈ ਵੀ ਹੈ। ਤੇ ਗੁਰਮੁਖ ਪਿਆਰਿਓ, ਫਿਰ ਸਾਨੂੰ ਕੌਣ ਅਧਿਕਾਰ ਦਿੰਦਾ ਕਿ ਉਹਦੀ ਬਣਾਈ ਹੋਈ ਸ੍ਰਿਸ਼ਟੀ, ਉਹਦੇ ਬਣਾਏ ਹੋਏ ਜੀਵਾਂ ਨੂੰ ਉਹਦੇ ਅੱਗੇ ਕੁਰਬਾਨ ਕਰਕੇ ਅਸੀਂ ਅੱਲਾ ਦੇ ਲਾਗੇ ਹੋ ਜਾਵਾਂਗੇ? ਭਾਈ, ਜੇ ਉਹਨੂੰ ਕੁਰਬਾਨੀ ਚਾਹੀਦੀ ਹੋਵੇ ਤੇ ਉਹ ਆਪਣੇ ਪੈਦਾ ਕੀਤੇ ਹੋਏ ਜੀਵਾਂ ਨੂੰ ਆਪ ਹੀ ਮਾਰ ਸਕਦਾ। ਇਨਸਾਨ ਦੇ ਹੱਥੋਂ ਕਿਸੇ ਨੂੰ ਮਰਵਾਉਣਾ, ਕਿਸੇ ਨੂੰ ਹਲਾਲ ਕਰਵਾਉਣ ਦੀ ਉਸ ਅੱਲਾ ਨੂੰ ਲੋੜ ਨਹੀਂ। ਉਹ ਬੇਅੰਤ ਹੈ, ਉਹ ਸਰਵ ਸ਼ਕਤੀਮਾਨ ਹੈ, ਉਹ ਜੋ ਚਾਹੇ ਜਲ ਥਲ ਨੂੰ ਜਿਹੜਾ ਹੈ ਗੇੜਾ ਦੇ ਕਰਕੇ ਧਰਤੀ ਦਾ ਪਲਟਾ ਦੇ ਸਕਦਾ, ਤੇ ਇੱਕ ਜਾਨਵਰ ਸ਼ਹਿਰ ਤੋਂ ਬਾਜ਼ਾਰ ਤੋਂ ਮੁੱਲ ਖਰੀਦ ਕਰਕੇ ਉਹਦਾ ਲਹੂ ਵਹਾ ਕਰਕੇ ਜੇ ਤੂੰ ਸੋਚਦਾ ਹੈ ਕਿ ਮੈਂ ਅੱਲਾ ਦੇ ਲਾਗੇ ਹੋ ਜਾਵਾਂਗਾ, ਤੇ ਇੱਕ ਤੇਰੇ ਮਨ ਦਾ ਭੁਲੇਖਾ ਹੈ। ਕੁਰਬਾਨੀ ਜ਼ਰੂਰ ਦੇ, ਅੱਜ ਦਾ ਦਿਹਾੜਾ ਜ਼ਰੂਰ ਮਨਾ, ਪਰ ਕੁਰਬਾਨੀ ਦੇ ਆਪਣੇ ਲਾਲਚ ਦੀ, ਆਪਣੇ ਲੋਭ ਦੀ, ਆਪਣੇ ਹੰਕਾਰ ਦੀ, ਆਪਣੀ ਮਾੜੀ ਮਤ ਦੀ, ਤੇ ਫਿਰ ਜਾ ਕਰਕੇ ਉਸ ਅੱਲਾ ਦੀ ਦਰਗਾਹ ਦੇ ਵਿੱਚ ਤੂੰ ਪ੍ਰਵਾਨ ਹੋਵੇਂਗਾ, ਤੇ ਉਹ ਅੱਲਾ ਤੇਰੇ ਉੱਪਰ ਕਿਰਪਾ ਕਰਕੇ, ਰਹਿਮਤ ਕਰਕੇ ਤੈਨੂੰ ਉਸ ਜੰਨਤ ਦੇ ਵਿੱਚ ਜਗ੍ਹਾ ਦੇਵੇਗਾ, ਜਿਸ ਜੰਨਤ ਦੀ ਲਾਲਸਾ ਵਾਸਤੇ ਅੱਜ ਜੀਵਾਂ ਦੀ ਕੁਰਬਾਨੀ ਦੇਣ ਦੇ ਰਸਤੇ ਤੇ ਚੱਲਿਆ ਹੋਇਆ ਹੈ। ਸੋ ਅੱਜ ਦਾ ਦਿਹਾੜਾ ਸੰਗਤ ਜੀ, ਜੋ ਪੂਰੇ ਸੰਸਾਰ ਦੇ ਵਿੱਚ ਈਦ ਉਲ ਜ਼ੁਹਾ ਦੇ ਨਾਮ ਤੇ ਮਨਾਇਆ ਜਾ ਰਿਹਾ ਹੈ, ਤੇ ਕੁਰਬਾਨੀ ਦੇ ਤੌਰ ਦੇ ਉੱਪਰ ਬੱਕਰਿਆਂ ਨੂੰ ਜਿਹੜਾ ਹੈ ਉਹ ਹਲਾਲ ਕੀਤਾ ਜਾ ਰਿਹਾ ਹੈ, ਇਹਦਾ ਅਰਥ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੁਝ ਹੋਰ ਬਣਦਾ ਹੈ, ਪਰ ਜਿਵੇਂ ਹਰ ਧਰਮ ਦੇ ਅੰਦਰ ਕੁਰੀਤੀਆਂ ਆ ਗਈਆਂ, ਇਸੇ ਪ੍ਰਕਾਰ ਮਨੁੱਖ ਨੇ ਆਪਣੀ ਸੁੱਖ ਸੁਵਿਧਾ ਵਾਸਤੇ, ਆਪਣੀ ਸਹੂਲਤ ਵਾਸਤੇ ਅੱਲਾ, ਭਗਵਾਨ, ਵਾਹਿਗੁਰੂ, ਰੱਬ ਦੇ ਨਾਂ ਨੂੰ ਵੀ ਵਰਤ ਕੇ ਆਪਣੇ ਜੀਵ ਦੇ ਸਵਾਦ ਪੂਰੇ ਕੀਤੇ ਨੇ। ਉਮੀਦ ਕਰਦਾ ਹੈ ਕਿ ਦਾਸ ਦੀ ਇਹ ਨਿਮਾਣੀ ਜਿਹੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋਵੇਗੀ। ਸੁਚੇਤ ਬਣੀਏ, ਸੂਝਵਾਨ ਬਣੀਏ, ਗਿਆਨਵਾਨ ਬਣੀਏ, ਵਾਹਿਗੁਰੂ ਅੱਲਾ ਭਗਵਾਨ ਦੇ ਰਸਤੇ 'ਤੇ ਚੱਲਣ ਦਾ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।